ਨੇ ਸਰਬਤਸਾਤ ਸੰਗਤ श्रोता जनानु वाहेगुरु जी का खालसा वाहेगुरु जी की फतेह जो आज दे हालात ने قوم ਵਿੱਚ ਵਾਪਰ ਰਹੇ ਦੇਸ਼ ਵਿਦੇਸ਼ਾਂ ਵਿੱਚ ਉਹ ساری قوم ਦੇ ਸਾਹਮਣੇ ਨੇ ਕਿਸ ਤਰ੍ਹਾਂ ਰਾਜਨੀਤਿਕ ਸ਼ਕਤੀਆਂ ਤੇ ਉਹਨਾਂ ਦੇ ਰਹਿਮੁਕਰਮ ਤੇ ਮੰਨ ਰਹੇ ਧਾਰਮਿਕ ਪਦਵੀਆਂ ਦੇ ਲੋਗ ਇਹ ਨਹੀਂ ਸੋਚ ਰਹੇ ਕਿ ਇਹ ਧਾਰਮਿਕ ਪਦਮੀਆਂ ਤੇ ਇਹ ਰਾਜਨੀਤਿਕ ਸ਼ਕਤੀਆਂ ਕੋਈ ਹਮੇਸ਼ਾ ਹਰ ਮਨੁੱਖ ਕੋਲ ਨਹੀਂ ਰਹਿੰਦੀਆਂ ਇਸ ਦੀ ਜਾਇਜ਼ ਵਰਤੋਂ ਹੋਵੇ ਨਾ ਜਾਇਜ਼ ਵਰਤੋਂ ਨਾਲ ਮਨੁੱਖ ਆਪਣੇ ਇਤਿਹਾਸ ਨੂੰ ਕਲੰਕਿਤ ਕਰ ਜਾਂਦਾ ਹੈ ਜਿਹੜਾ ਇਤਿਹਾਸ ਫਿਰ ਸਦੀਆਂ ਤੱਕ ਮਨੁੱਖ ਨੂੰ ਬਖਸ਼ਦਾ ਨਹੀਂ ਇਸ ਲਈ ਚੰਗਾ ਹੁੰਦਾ ਹੈ ਕਿ ਆਪਣੇ ਸਲੀਤ ਨੂੰ ਸਮਝ ਕੇ ਯੋਗ ਟੰਗ ਨਾਲ ਬਣਦੀਆਂ ਸੇਵਾਵਾਂ ਨੂੰ ਨਿਭਾਇਆ ਜਾਏ ਕਦੀ ਵੀ ਧਰਮ ਜਿਹੜਾ ਹੈ ਜ਼ੋਰ ਜ਼ਬਰ ਨਾਲ ਤੇ ਬੰਦੂਕ ਤੇ ਲਾਠੀਆਂ ਨਾਲ ਤੇ ਸ਼ਕਤੀਆਂ ਨਾਲ ਨਹੀਂ ਚੱਲਦੇ ਧਰਮ ਪਿਆਰ ਦਾ ਸੌਦਾ ਨੇ ਲੋਕਾਂ ਚ ਪੈਦਾ ਕਰੋ ਪਰ ਮੈਂ ਦੇਖ ਕਿ ਰਿਆ ਕਿ ਕੁਝ ਲੋਕ ਕੇਵਲ ਤੇ ਕੇਵਲ ਲਾਠੀਆਂ ਤਾਕਤ ਦੇ ਮਜ਼ਾਰੇ ਨਾਲ ਦੂਜੇ ਨੂੰ ਆਪਣੀ ਕਿਸਮ ਦਾ ਧਰਮੀ ਬਣਾਣਾ ਚਾਹੁੰਦੇ ਨੇ ਉਹ ਆਏ ਦਿਨ ਗੁਰਦੁਆਰਿਆਂ ਤੇ ਵੀ ਹਮਲੇ ਕਰਦੇ ਨੇ ਸ੍ਰੀ ਗੁਰਗੰਨ ਸਾਹਿਬ ਪਾਤਸ਼ਾਹੀ ਤੇ ਵੀ ਹਮਲੇ ਕਰਦੇ ਨੇ ਪਰ ਮੈਂ ਤਾਂ ਸਮਝਦਾ ਵੀ ਸ੍ਰੀ ਗੁਰਗੰਨ ਸਾਹਿਬ ਪਾਤਸ਼ਾਹੀ ਦਾ ਉਪਾਸ਼ਕ ਕਦੀ ਇਸ ਰਾ ਪੈ ਹੀ ਨਹੀਂ ਸਕਦਾ ਜ਼ਰੂਰ ਉਹਨਾਂ ਨੂੰ ਦੂਜੇ ਗ੍ਰੰਥਾਂ ਵਿੱਚੋਂ ਜਿਹੜੇ ਕਾਲਕਾ ਦੇ ਪੁਜਾਰੀ ਗ੍ਰੰਥ ਨੇ ਜਿਹੜੇ ਮਹਾਂਕਾਲ ਦੇ ਪੁਜਾਰੀ ਗ੍ਰੰਥ ਨੇ ਉਹਨਾਂ ਵਿੱਚੋਂ ਮਿਲੀਆਂ ਹੋਈਆਂ ਹਦਾਇਤਾਂ ਤੇ ਪ੍ਰੇਰਣਾ ਨਾਲ ਹੀ ਕੋਈ ਮਨੁੱਖ ਐਸਾ ਹੋ ਸਕਦਾ ਹੈ ਕਿ ਸ੍ਰੀ ਗੁਰਗ੍ਰੰਥ ਸਾਹਿਬ ਪਾਤਸ਼ਾਹੀ ਦਾ ਅਦਬ ਵੀ ਕਾਇਮ ਨਾ ਰੱਖੇ ਐਸੇ ਹਾਲਾਤ ਪੈਦਾ ਹੋ ਰਹੇ ਨੇ ਨਹੀਂ ਤਾਂ ਦੇਖੋ ਇਹ ਲੋਕ ਜਿਨ੍ਹਾਂ ਨੂੰ ਰਾਜਨੀਤਿਕ ਲੋਕਾਂ ਨੇ ਆਪਣਾ ਹਥਿਆਰ ਬਣਾਇਆ ਹੋਇਆ ਉਹ ਆਪਣੇ ਅਸਥਾਨਾਂ ਤੇ ਮੈਂ ਨਾਮ ਲੈਣ ਤੋਂ ਵੀ ਸੰਕੋਚ ਨਹੀਂ ਕਰਦਾ ਟਕਸਾਲ ਆਦਿਕ ਤੇ ਅਨੇਕਾਂ ਤਰ੍ਹਾਂ ਦੇ ਮਨਮਤ ਤੇ ਕਰਮकांड ਸੰਤ ਸਮਾਜ ਅਖੋਤੀ ਸੰਤ ਸਮਾਜ ਅਖਵਾਨ ਵਾਲੇ ਆਪਣੇ ਡੇਰਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਕਰਮकांड ਕਰਦੇ ਨੇ ਪਰ ਦੱਸੋ ਕਦੀ ਕੋਈ ਦੂਜਾ ਤੁਹਾਡੇ ਵਿੱਚ ਜਾ ਕੇ ਇੰਟਰਫੇਅਰ ਕਰਦਾ ਦਖਲਅੰਦਾਜ਼ੀ ਕਰਦਾ ਉਹ ਕਹਿੰਦਾ ਚਲੋ ਜੇ ਕਰਦੇ ਨੇ ਤੇ ਜ਼ਬਰਨ ਤਰੋਕਿਆ ਨਹੀਂ ਨਾ ਜਾ ਸਕਦਾ ਜਦ ਉਹ ਲੋਕ ਤੁਹਾਡੇ ਵਿੱਚ ਜਾ ਕੇ ਇੰਟਰਫੇਰਨਿੰਗ ਕਰਦੇ ਕਿਸੇ ਕਿਸਮ ਦੀ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਤੰਤੂ ਸਦ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਕਿਸੇ ਸਥਾਨ ਤੇ ਕੋਈ ਕਿੰਨੂੰ ਸੁਣਦਾ ਹੈ ਕੀ ਵਿਚਾਰ ਕਰਦਾ ਹੈ ਕਿਵੇਂ ਬੈਠਦਾ ਹੈ ਕਿਵੇਂ ਧਰਮ ਕਮਾਉਂਦਾ ਹੈ ਤੁਸੀਂ ਹਮੇਸ਼ਾ ਆਪਣੀ ਸ਼ਕਤੀ ਦਾ ਮਜ਼ਾਰਾ ਕਰਦੇ ਆ ਤਾਕਤ ਦਾ ਮਜ਼ਾਰਾ ਕਰਦੇ ਆ ਦੂਜੇ ਨੂੰ ਦਬਾ ਕੇ ਆਪਣੀ ਕਿਸਮ ਦਾ ਧਰਮ ਚਲਾਉਣਾ ਚਾਹੁੰਦੇ ਹੋ ਉਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਦੇਸ਼ ਵਿੱਚ ਵੀ ਧਰਮ ਦੇ ਨਾਮ ਤੋਂ ਲੋਕ ਮੁਨਕਰ ਹੋ ਰਹੇ ਨੇ ਬੱਚੇ ਅਧਰਮੀ ਹੋ ਰਹੇ ਨੇ ਸਿੱਖੀ ਨੂੰ ਛੱਡ ਕੇ ਨਸ਼ੇ ਵਿੱਚ ਪ੍ਰਵਿਰਤ ਹੋ ਰਹੇ ਨੇ ਉਹ ਕਹਿੰਦੇ ਨੇ ਇਹ ਲੰਬੇ ਚੋਰੀਆਂ ਵਾਲੇ ਤੇ ਖੁੱਲੀਆਂ ਦਾੜੀਆਂ ਵਾਲੇ ਇਹ ਦੁਨੀਆ ਨੂੰ ਕੀ ਧਰਮ ਸਿਖਾਣਗੇ ਜਿਹੜੇ ਆਪ ਤਾਰਮਣੇ ਧਰਮੀ ਨਹੀਂ ਕੁਮਾਰ ਹੈ। ਔਰ ਇਹੋ ਕੁਝ ਹੁਣ ਵਿਦੇਸ਼ਾਂ ਵਿੱਚ ਵੀ ਪੈਦਾ ਕਰ ਰਹੇ ਹੋ। ਕਮ ਸੇ ਕਮ ਇਹ ਚੀਜ਼ ਤੁਸੀਂ ਮੈਂ ਰਾਜਨੀਤਿਕਾਂ ਤੇ ਉਹਨਾਂ ਧਰਮਕ ਪਦਵੀਆਂ ਤੇ ਬੈਠੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਤੁਸੀਂ ਆਪਣੇ ਇਹਨਾਂ ਹਰਬਿਆਂ ਨੂੰ ਵਿਦੇਸ਼ਾਂ ਵਿੱਚ ਵੀ ਪ੍ਰਵੇਸ਼ ਕਰ ਦਿੱਤਾ ਹੈ। ਜਿਨ੍ਹਾਂ ਕੌਮਾਂ ਵਿੱਚ ਬੈਠ ਕੇ ਇਹਨਾਂ ਨੇ 4 ਦਿਨ ਇੱਜ਼ਤ ਮਾਣ ਨਾਲ ਗੱਲ ਗੁਜ਼ਰਨੇ ਗੁਜ਼ਾਰਨੇ ਸੰ ਉਹੋ ਹਾਲਾਤ ਤੁਸੀਂ ਆਪਣੇ ਧੜੇ ਤੇ ਆਪਣੀਆਂ ਪਾਰਟੀਆਂ ਤੇ ਆਪਣੀ ਰਾਜਨੀਤੀ ਬਾਹਰ ਲਿਆਂਦੇ ਸ਼ਮਜ ਭੇਜ ਕੇ ਇੱਥੇ ਵੀ ਕੌਮ ਨੂੰ ਬਦਨਾਮ ਕਰ ਰਹੇ ਹੋ ਲੋਕ ਸੋਚੀ ਪਏ ਹੋਏ ਨੇ ਗੈਰ ਕੌਮਾਂ ਸੋਚ ਰਹੀਆਂ ਨੇ ਕਿਸੇ ਚਰਚ ਵਿੱਚ ਰੋਜ਼ ਝਗੜੇ ਨਹੀਂ ਹੁੰਦੇ ਕਿਸੇ ਮੰਦਰ ਵਿੱਚ ਰੋਜ਼ ਝਗੜੇ ਨਹੀਂ ਹੁੰਦੇ ਕਿਸੇ ਮਸਜਿਦ ਵਿੱਚ ਰੋਜ਼ ਡਾਂਗਾ ਨਹੀਂ ਚੁੱਕੀਆਂ ਜਾਂਦੀਆਂ ਲੇਕਿਨ ਤੁਹਾਡੇ ਇੱਕ ਸਥਾਨ ਐਸੇ ਨੇ ਗੁਰਦੁਆਰੇ ਖੋਹਣ ਵਾਲੇ ਜਿੱਥੇ ਇੱਕ ਸਥਾਨ ਦੂਜੇ ਥਾਂ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਔਰ ਖਾਸ ਕਰਕੇ ਲੰਬਿਆਂ ਛੋੜਿਆਂ ਵਾਲੇ ਤੇ ਨੀਦਿਆਂ ਪੱਗਾਂ ਵਾਲੇ ਉਪਰੋਂ ਦੀ ਕਿਰਪਾ ਨਾਲ ਪਹੁੰਚ ਵਾਲੇ ਆਪਣੇ ਆਪ ਨੂੰ ਧਰਮੀ ਤੇ ਮੁੱਖ ਧਰਮੀ ਅਖਵਾਉਣ ਵਾਲੇ ਲੋਕ ਆਪਣੇ ਧਰਮ ਨੂੰ ਦੂਜੇ ਤੇ ਠੋਸਨ ਦੇ ਰੂਪ ਵਿੱਚ ਤਾਕਤ ਦਾ ਮੁਜ਼ਾਰਾ ਕਰਦੇ ਆਏ ਦਿਨ ਕਿਸੇ ਨਾ ਕਿਸੇ ਗੁਰਦੁਆਰੇ ਵਿੱਚ ਝਗੜੇ ਖੜੇ ਕਰਦੇ ਨੇ ਕਿ ਇਉਂ ਗੈਰ ਕੌਮਾ ਤੁਹਾਡੇ ਲਈ ਮਾਨ ਸਨਮਾਨ ਹਿਰਦੇ ਵਿੱਚ ਰੱਖਣਗੀਆ ਜਾਂ ਤੁਸੀਂ ਕਲੀਅਰ ਕਰੋ ਕਿ ਕੌਮ ਨੂੰ ਤੁਸੀਂ ਕਿਸ ਹੱਦ ਤੱਕ ਜ਼ਲਾਲਤ ਵਿੱਚ ਲਜਾਣਾ ਚਾਹੁੰਦੇ ਹੋ ਜਾਂ ਆਪਣੇ ਸਟੈਂਡ ਨੂੰ ਬਦਲੋ ਲੋਕਾਂ ਨੂੰ ਸੁਖੀ ਬਸਣ ਦਿਓ ਰਮ ਵਿੱਚ ਵਸਣ ਦਿਓ ਤੇ ਪਿਆਰ ਨਾਲ ਵਸਣ ਦਿਓ ਆਪਣੇ ਹਰਬੇ ਤੇ ਆਪਣੀ ਰਾਜਨੀਤਿਕ ਸ਼ਕਤੀਆਂ ਦੇ ਮਜ਼ਾਰੇ ਆਪਣੇ ਘਰ ਵਿੱਚ ਰੱਖੋ ਦੂਰ ਤੱਕ ਨਾ ਫੈਲਾਓ ਤਾਂ ਕਿ ਕੌਮ ਇੱਜ਼ਤ ਨਾਲ ਜੀਵ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ